ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਪਰਮਜੀਤ ਸਿੰਘ ਅਕਾਲੀ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿੰਨੀ ਕੁ ਗੁਰੂ ਸਾਹਿਬ ਜੀ ਸੇਵਾ ਲੈਂਦੇ ਨੇ ਪੰਥ ਦੀ ਕਰਦੇ ਆ। ਅੱਜ ਦੇ ਦੌਰ ਦੇ ਵਿੱਚ ਡੇਰਾਵਾਦ ਜਿੱਥੇ ਸਾਡੇ ਉੱਤੇ ਜ਼ਿਆਦਾ ਹੈਵੀ ਹੈ, ਜਾਂ ਕਹਿ ਸਕਦੇ ਹਾਂ ਕਿ ਜਿਹੜੀ ਚਿੱਟੀ ਸਿਉਂਕ ਸਾਡੀ ਕੌਮ ਨੂੰ ਖਾ ਰਹੀ ਆ, ਉਹਦੇ ਤਹਿਤ ਸੋਸ਼ਲ ਮੀਡੀਆ ਜਿਵੇਂ ਕਿ ਫੇਸਬੁੱਕ, ਵਟਸਐਪ ਦੇ ਉੱਪਰ ਇਹ ਚੀਜ਼ਾਂ ਆਮ ਦੇਖਣ ਨੂੰ ਮਿਲਦੀਆਂ ਨੇ, ਜਿਹਦੇ ਵਿੱਚ ਹੁਣ ਇੱਕ ਤਾਜ਼ਾ ਅਰਦਾਸ ਨੂੰ ਇੱਕ ਫੇਸਬੁੱਕ, ਵਟਸਐਪ ਤੋਂ ਕਿਸੇ ਸਿੰਘਾਂ ਨੇ ਕੁਛ ਮੈਸੇਜ ਭੇਜੇ ਨੇ, ਕੁਛ ਫੋਟੋਆਂ ਭੇਜੀਆਂ। ਬੰਬੇ ਦੇ ਵਿੱਚ ਉਲਾਸ ਨਗਰ ਨੰਬਰ 3 ਆ, ਜਿਹਦੇ ਵਿੱਚ ਡੇਰਾ ਸੰਤ ਬਾਬਾ ਠਾਰਾ ਸਿੰਘ ਹੈ, ਕੋਈ ਗੁਰੂ ਨਾਨਕ ਦਰਬਾਰ ਸਾਹਿਬ ਦੇ ਨਾਂ ਦੇ ਉੱਤੇ ਗੁਰਦੁਆਰਾ ਸਾਹਿਬ ਹੈ ਉੱਥੇ, ਜਿਹਨੂੰ ਪਹਿਲਾਂ ਕੋਈ ਮਿਹਰਵਾਨ ਸਿੰਘ ਨਾਮ ਦਾ ਬੰਦਾ ਚਲਾਉਂਦਾ ਸੀ, ਜਿਹੜਾ ਕਿ ਜਿਹਨੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਡੇਰਾ ਬਣਾਇਆ ਹੋਇਆ। ਮਿਹਰਵਾਨ ਸਿੰਘ ਦੇ ਮਰਨ ਤੋਂ ਬਾਅਦ ਉਹਦਾ ਕੋਈ ਦੋ ਮੁੰਡੇ ਤਰਲੋਚਨ ਸਿੰਘ ਟਿੱਲੂ, ਜਸਕੀਰ ਸਿੰਘ ਜੱਸੂ, ਹੁਣ ਉਹ ਮੁੰਡੇ ਉਹਦੇ ਜਿਹੜੇ ਉਹਦੀ ਗੱਦੀ 'ਤੇ ਬੈਠੇ ਨੇ ਮਿਹਰਵਾਨ ਸਿੰਘ ਦੀ 'ਤੇ। ਮਿਹਰਵਾਨ ਸਿੰਘ ਮਰ ਗਿਆ, ਪਹਿਲਾਂ ਠਾਰਾ ਸਿੰਘ ਸੀਗਾ, ਜਿਹੜਾ ਠਾਰਾ ਸਿੰਘ ਬਾਬਾ ਸੀ ਉਹ ਭਗਤੀ ਭਾਵ ਵਾਲਾ ਸੀਗਾ, ਜਿਹਨੇ ਗੁਰਦੁਆਰਾ ਸਾਹਿਬ ਇਮਾਰਤ ਬਣਾਈ, ਗੁਰੂ ਘਰ ਨਾਲ ਸੰਗਤ ਨੂੰ ਜੋੜਿਆ। ਪਰ ਉਸ ਤੋਂ ਬਾਅਦ ਮਿਹਰਵਾਨ ਸਿੰਘ ਜਦੋਂ ਗੱਦੀ ਉੱਤੇ ਬੈਠਾ, ਉਹਨੇ ਉਹ ਡੇਰਾਵਾਦ ਨੂੰ ਪ੍ਰਫੁੱਲਤ ਕੀਤਾ, ਸੰਗਤ ਨੂੰ ਗੁਰੂ ਸ਼ਬਦ ਨਾਲ ਜੋੜਨ ਦੀ ਬਜਾਏ ਆਪਣੇ ਪੈਰਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਉਹਦੇ ਵਿੱਚ ਉਹ ਕਾਮਯਾਬ ਹੋਇਆ, ਉਹਨੇ ਸੰਗਤ ਨੂੰ ਆਪਣੇ ਨਾਲ ਜੋੜ ਕੇ ਉੱਥੇ ਡੇਰਾ ਬਣਾਇਆ ਗੁਰੂ ਘਰ ਦੇ ਵਿੱਚ, ਜਿਹਦੇ ਵਿੱਚ ਕਿ ਫੋਟੋਆਂ ਜਿਹੜੀਆਂ ਆਈਆਂ ਉਹਦੇ ਵਿੱਚ ਸ਼ਰੇਆਮ ਦਿਖ ਰਿਹਾ ਗੁਰਮਤਿ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਮਿਹਰਵਾਨ ਸਿੰਘ ਮਰ ਗਿਆ, ਉਹਦੀ ਸਮਾਧ ਗੁਰਦੁਆਰਾ ਸਾਹਿਬ 'ਚ ਬਣਾਈਆਂ, ਸਮਾਧ ਨੂੰ ਪੂਜਿਆ ਜਾਂਦਾ। ਤਰਲੋਚਨ ਸਿੰਘ ਟਿੱਲੂ ਅਤੇ ਜਸਕੀਰ ਸਿੰਘ ਜੱਸੂ ਜਿਹੜੇ ਇਸ ਵੇਲੇ ਉੱਥੇ ਗੱਦੀ 'ਤੇ ਬੈਠੇ ਨੇ, ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਆੜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਕੀਤਾ ਹੋਇਆ, ਪਰ ਉੱਥੇ ਹਵਨ ਕੀਤੇ ਜਾਂਦੇ ਨੇ ਗੁਰੂ ਘਰ ਦੇ ਵਿੱਚ। ਇੱਕ ਤਾਂ ਹਵਨ ਜਿਹੜੇ ਹਿੰਦੂ ਵੀਰ ਕਰਦੇ ਨੇ ਉਹ ਹਵਨ ਨਹੀਂ, ਉਹਦੀ ਮਰਿਆਦਾ ਕੋਈ ਨਹੀਂ ਹਵਨਾਂ ਦੀ। ਇਹ ਕਹਿੰਦੇ ਨੇ ਕਿ ਇਹ ਮਰਿਆਦਾ ਹੈ ਸਿੱਖ ਕੌਮ ਦੀ ਹਵਨ ਕਰਨ ਦੀ, ਜਿਹਦੇ ਵਿੱਚ ਬਾਣੀ ਪੜ੍ਹੀ ਜਾਂਦੀ ਹੈ, ਬਾਣੀ ਦਾ ਉਚਾਰਨ ਕੀਤਾ ਜਾਂਦਾ ਹੈ ਅਤੇ ਹਵਨ ਕੀਤਾ ਜਾਂਦਾ ਹੈ। ਸਾਡੇ ਕੋਲ ਵੀਡੀਓ ਆਈਆਂ ਨੇ, ਫੋਟੋਆਂ ਆਈਆਂ ਨੇ, ਜਿਹੜੀਆਂ ਤੋਂ ਨਾਲ ਹੀ ਪਬਲਿਸ਼ ਕਰਾਂਗੇ। ਜਿਸ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੀ ਗੱਲ ਕੀਤੀ ਜਾਂਦੀ ਹੈ, ਜੋ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੇ ਉੱਪਰ ਗੁਰੂ ਘਰ ਬਣਾਇਆ ਗਿਆ, ਗੁਰੂ ਨਾਨਕ ਦਰਬਾਰ, ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਖਤਮ ਕਰ ਦਿੱਤਾ ਇਸ ਇਹਨਾਂ ਬੰਦਿਆਂ ਨੇ, ਤਰਲੋਚਨ ਸਿੰਘ ਟਿੱਲੂ ਨੇ, ਜਸਕੀਰ ਸਿੰਘ ਜੱਸੂ ਨੇ। ਜੋ ਦੇਖਣ ਵਿੱਚ ਆ ਰਿਹਾ, ਜੋ ਸਬੂਤ ਸਾਨੂੰ ਮਿਲੇ, ਗੁਰੂ ਨਾਨਕ ਸਾਹਿਬ ਦਾ, ਗੁਰੂ ਨਾਨਕ ਸਾਹਿਬ ਦੀ ਇੱਕ ਮੂਰਤੀ ਗੁਰੂ ਘਰ ਦੇ ਵਿੱਚ ਬਣਾਈ ਗਈ ਹੈ, ਜਿਹਨੂੰ ਦੁੱਧ ਦੇ ਨਾਲ ਇਸ਼ਨਾਨ ਜਿਹੜਾ ਕਹਿੰਦੇ ਨੇ ਕਰਾਇਆ ਜਾਂਦਾ। ਪਰ ਗੁਰੂ ਸਾਹਿਬ ਤਾਂ ਕਹਿ ਰਹੇ ਕਿ ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ, ਓਏਲੇ ਜਾ ਰਹੇ ਓਏਲੇ ਗਾਡੇ, ਤੇਰੀ ਗੱਤ ਤੂੰ ਨਾ ਪਾਈ। ਗੁਰੂ ਸਾਹਿਬ ਤਾਂ ਕਹਿ ਨਹੀਂ ਰਿਹਾ ਕਿ ਮੈਨੂੰ ਮੂਰਤ ਪੂਜੋ, ਤਾਂ ਮੂਰਤੀ ਪੂਜਾ ਦਾ ਖੰਡਨ ਕਰ ਰਹੇ ਨੇ। ਪਰ ਇਹ ਜਸਕੀਰਤ ਸਿੰਘ ਅਤੇ ਤਰਲੋਚਨ ਸਿੰਘ ਜਿਹੜਾ ਆਪਣੇ ਆਪ ਨੂੰ ਸਿੰਘ ਕਹਿੰਦੇ ਨੇ, ਪਰ ਮੈਨੂੰ ਨਹੀਂ ਲੱਗਦਾ ਕਿ ਸਿੰਘਾਂ ਵਾਲੇ ਕੰਮ ਕਰਦੇ ਨੇ। ਬੰਬੇ ਦੀ ਸੰਗਤ ਨੂੰ ਅਤੇ ਸਮੂਹ ਖਾਲਸਾ ਪੰਥ ਨੂੰ ਬੇਨਤੀ ਹੈ, ਉੱਥੋਂ ਦੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ, ਕਿਉਂਕਿ ਵੀਡੀਓ ਉੱਥੇ ਤੱਕ ਪਹੁੰਚ ਜਾਣੀ ਹੈ, ਅਸੀਂ ਭੇਜਾਂਗੇ ਵੀ ਪ੍ਰਸ਼ਾਸਨ ਨੂੰ, ਸ਼ਿਕਾਇਤ ਵੀ ਕਰਾਂਗੇ ਪਹਿਲਾਂ ਇੱਕ ਵਾਰੀ, ਕਿਉਂਕਿ ਸਾਨੂੰ ਜਿਵੇਂ ਹੁਕਮ ਹੈ ਗੁਰੂ ਸਾਹਿਬ ਦਾ ਕਿ ਪਹਿਲਾਂ ਆਪਾਂ ਵਿਚਾਰ ਕਰਨਾ ਕਿ ਭਾਈ ਇਹਨਾਂ ਲੋਕਾਂ ਨੂੰ ਠੱਲ ਪਾਈ ਜਾਵੇ, ਲੋਕਲ ਸੰਗਤ ਜਿਹੜੀ ਉੱਥੇ, ਜਿਹੜੇ ਸਿੰਘ ਉੱਥੇ ਜਾਗਦੀ ਜ਼ਮੀਰ ਵਾਲੇ ਨੇ, ਇਹਨਾਂ ਨੂੰ ਠੱਲ ਪਾਈ ਜਾਵੇ। ਇਹਨਾਂ ਨੂੰ ਵਾਰਨਿੰਗ ਪਹਿਲਾਂ ਵੀ ਵੈਸੇ ਦਿੱਤੀ ਸੀ ਸਿੰਘਾਂ ਨੇ,
ਪਰ ਹੁਣ ਦੁਬਾਰਾ ਫਿਰ ਇੱਕ ਵਾਰਨਿੰਗ ਦਿੰਦੇ ਹਾਂ ਸਮੂਹ ਸੰਗਤ ਵੱਲੋਂ, ਸਾਰੇ ਖਾਲਸਾ ਪੰਥ ਵੱਲੋਂ, ਕਿ ਤੁਸੀਂ ਇਹ ਜਿਹੜਾ ਪਖੰਡਵਾਦ ਸ਼ਬਦ ਗੁਰੂ ਦੇ ਨਾਲੋਂ ਲੋਕਾਂ ਨੂੰ ਤੋੜ ਕੇ ਸੰਗਤ ਨੂੰ ਆਪਣੇ ਚਰਨਾਂ ਨਾਲ, ਜਿਹਨੂੰ ਤੁਸੀਂ ਚਰਨ ਕਹਿੰਦੇ ਹੋ, ਖਰੌਲਿਆਂ ਨਾਲ, ਪੈਰਾਂ ਨਾਲ ਜੋੜਦੇ ਹੋ, ਸੁਚੇਤ ਹੋ ਜਾਓ, ਸਿਧਾਂਤ ਦੀ ਗੱਲ ਕਰੋ, ਜੋ ਮਰਿਆਦਾ ਉਹਦੀ ਗੱਲ ਕਰੋ। ਦੂਸਰਾ ਜਿਹੜਾ ਜਿਹਦੇ ਵਿੱਚ ਫੋਟੋਆਂ ਦੇ ਵਿੱਚ ਆਪਾਂ ਦੇਖਿਆ ਰਾਗੀ ਸਿੰਘ ਸਾਡੇ ਜਿਹੜੇ ਕੌਮ ਦੇ, ਜਿਵੇਂ ਭਾਈ ਅਮਨਦੀਪ ਸਿੰਘ ਅੰਮ੍ਰਿਤਸਰ ਸਾਹਿਬ ਵਾਲੇ, ਭਾਈ ਚਮਨ ਲਾਲ ਜੀ, ਹੋਰ ਵੀ ਰਾਗੀ ਸਿੰਘ ਜਿਹਨਾਂ ਦੇ ਦਾਸ ਅਜੇ ਨਾਮ ਨਹੀਂ ਜਾਣਦਾ, ਪਤਾ ਕਰ ਰਹੇ ਹਾਂ, ਜਿਹੜੇ ਉੱਥੇ ਜਾ ਕਰਕੇ ਇਹ ਤਾਂ ਬਾਣੀ ਪੜ੍ਹਦੇ ਨੇ, ਕੀਰਤਨ ਕਰਦੇ ਨੇ, ਪਰ ਪ੍ਰਮੋਟ ਡੇਰਾ ਹੋ ਰਿਹਾ, ਪ੍ਰਮੋਟ ਇਹ ਲੋਕ ਹੋ ਰਹੇ ਨੇ, ਟਿੱਲੂ ਵਰਗੇ, ਜੱਸੂ ਵਰਗੇ, ਮੈਂ ਸਿੰਘ ਨਹੀਂ ਕਹਾਂਗਾ ਇਹਨਾਂ ਨੂੰ ਹੁਣ, ਕਿਉਂਕਿ ਸਿੰਘਾਂ ਵਾਲੇ ਕੰਮ ਇਹ ਕਰਦੇ ਨਹੀਂ, ਇਹ ਲੋਕ ਪ੍ਰਮੋਟ ਹੋ ਰਹੇ ਨੇ। ਜਿਹੜਾ ਮਿਹਰਵਾਨ ਸਿੰਘ ਦੀ ਸਮਾਧ ਇਹਨਾਂ ਨੇ ਬਣਾਈ ਆ ਗੁਰੂ ਸਾਹਿਬ ਦੇ ਬਰਾਬਰ, ਉਹ ਸਮਾਧ ਦੇ ਉੱਪਰ ਬਾਬੇ ਦੀ ਫੋਟੋ ਰੱਖੀ ਮੇਰੀ ਮਿਹਰਵਾਨ ਦੀ, ਉਹਨੂੰ ਪੂਜਿਆ ਜਾਂਦਾ, ਉਹਦਾ ਜਨਮਦਿਨ ਮਨਾਇਆ ਜਾਂਦਾ, ਕੇਕ ਕੱਟੇ ਜਾਂਦੇ ਨੇ, ਉਹਨੂੰ ਸੰਬੋਧਨ ਕੀਤਾ ਜਾਂਦਾ ਹੈ ਸਾਹਿਬ ਮੇਰਾ ਮਿਹਰਵਾਨ ਦੇ ਨਾਲ ਨਾਲ, ਜੋ ਕਿ ਅਸੀਂ ਸ੍ਰੀ ਅਕਾਲ ਪੁਰਖ ਨੂੰ ਕਹਿ ਸਕਦੇ ਹਾਂ, ਪਰ ਇੱਕ ਪਖੰਡੀ ਦੰਭੀ ਨੂੰ ਸਾਹਿਬ ਮੇਰਾ ਮਿਹਰਵਾਨ ਦੇ ਨਾਲ ਨਿਵਾਜਿਆ ਜਾਂਦਾ, ਉਹਨੂੰ ਪੂਜਿਆ ਜਾਂਦਾ। ਸਾਡੇ ਰਾਗੀ ਸਿੰਘ ਜਿਹੜੇ ਇੱਥੇ ਜਾਂਦੇ ਨੇ, ਉਹਨਾਂ ਦੇ ਚਰਨਾਂ 'ਚ ਬੇਨਤੀ ਆ ਕਿ ਤੁਸੀਂ ਸਾਡੀ ਕੌਮ ਦੇ ਪ੍ਰਚਾਰਕ ਹੋ, ਸਾਡੀ ਕੌਮ ਦਾ ਸਿਰ ਉੱਚਾ ਕਰਨ ਵਾਸਤੇ ਤੁਹਾਨੂੰ ਗੁਰੂ ਸਾਹਿਬ ਨੇ ਇਹ ਸਮੱਤ ਬਖਸ਼ੀ, ਇਹ ਤੁਹਾਨੂੰ ਦਾਤ ਦਿੱਤੀ, ਪਰ ਤੁਸੀਂ ਜਾ ਕੇ ਜੇ ਡੇਰਿਆਂ ਨੂੰ ਪ੍ਰਮੋਟ ਕਰੋਗੇ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਪਹਿਲਾਂ ਕਿ ਜੇ ਤੁਸੀਂ ਹਟ ਜਾਓਗੇ ਤਾਂ ਚੜ੍ਹਦੀ ਕਲਾ, ਨਹੀਂ ਤੁਸੀਂ ਤੁਹਾਡਾ ਖੁੱਲ੍ਹ ਕੇ ਵਿਰੋਧ ਕਰਾਂਗੇ, ਜਿਸ ਲੈਵਲ ਤੱਕ ਕਰ ਸਕਦੇ ਹਾਂ ਵਿਰੋਧ ਕਰਾਂਗੇ, ਜਿਵੇਂ ਗੁਰੂ ਸਾਹਿਬ ਹੁਕਮ ਕਰਨਗੇ, ਜਿਵੇਂ ਸੰਗਤ ਨਾਲ ਚੱਲ ਕੇ ਕਰੇਗੀ, ਅਸੀਂ ਵਿਰੋਧ ਜ਼ਰੂਰ ਕਰਾਂਗੇ। ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਜਾ ਕੇ ਡੇਰੇ ਪ੍ਰਮੋਟ ਕਰੋ, ਤੁਸੀਂ ਸਿਧਾਂਤ ਦੀ ਗੱਲ ਕਰਨੀ ਆ। ਜੇ ਤੁਸੀਂ ਡੇਰਾ ਚਲਾਉਣਾ ਤਾਂ ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਕਰੋ। ਅਕਾਲ ਤਖਤ ਸਾਹਿਬ ਤੋਂ ਉੱਤੋਂ ਵੀ ਹੁਕਮ ਆ ਕਿ ਡੇਰੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਸੁਚੇਤ ਹੋ ਜਾਓ, ਇਹ ਕੰਮ ਛੱਡ ਦਿਓ, ਚੰਗੇ ਰਹੋਗੇ, ਕਾਨੂੰਨ ਦੇ ਅਨੁਸਾਰ ਤੁਹਾਡੇ 'ਤੇ ਕਾਰਵਾਈ ਕਰਾਂਗੇ। ਜੇ ਕਾਨੂੰਨ ਤੁਹਾਡੇ 'ਤੇ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕਰਦਾ, ਫਿਰ ਜਿਹੜਾ ਖਾਲਸਾ ਪੰਥ ਦਾ ਆਪਣਾ ਸਿਧਾਂਤ ਹੈ, ਜਿਵੇਂ ਖਾਲਸਾ ਪੰਥ ਆਪਣੇ ਸਿਧਾਂਤ ਅਨੁਸਾਰ ਕਾਰਵਾਈ ਕਰਦਾ ਹੁੰਦਾ, ਪੰਥ ਉਤਾਂ ਕਾਰਵਾਈ ਕਰੇਗਾ। ਦਾਸ ਨਾਲ ਤੁਸੀਂ ਜਦ ਵੀ ਚਾਹੋ, ਮੈਂ ਬਹੁਤ ਵਾਰ ਤੁਹਾਨੂੰ ਫੋਨ ਕਰਕੇ ਕੋਸ਼ਿਸ਼ ਕੀਤੀ ਕਰਦਾ ਕਨੈਕਟ ਕਰਨ ਦੀ, ਪਰ ਇਹਨਾਂ ਦੇ ਜਿਹੜੇ ਚੇਲੇ ਚਾਪਟੇ ਨੇ ਉਹ ਗੱਲ ਨਹੀਂ ਕਰਾਉਂਦੇ, ਕਿਉਂਕਿ ਝੂਠੇ ਨੇ ਨਾ, ਸੱਚਾ ਹੋਵੇ ਤਾਂ ਆ ਕੇ ਵਿਚਾਰ ਕਰਨ, ਵਿਚਾਰ ਨਹੀਂ ਕਰਦੇ। ਦਾਸ ਦਾ ਨੰਬਰ 78 14 75 1984, ਦਾਸ ਪਰਮਜੀਤ ਸਿੰਘ ਅਕਾਲੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ। ਇੰਨੀਆਂ ਕੁ ਬੇਨਤੀਆਂ ਕਰਦੇ ਹੋਏ ਦਾਸ ਸਾਰੀ ਸੰਗਤ ਨਾਲ ਫਤਿਹ ਦੀ ਸਾਂਝ ਪਾਉਂਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।